पिंड विच दो लुटेरियां वालों एक माता दियां लाइयां वालियां पिंड वासियां ने मोटरसाइकलां तो कीता पिछा ते पिंड दे वो बाहर फड़ लिया इन्हां चोरां नूं ते फिर कीती चंगी खातरदारी। उस तो बाद पुलिस दे कीता हवाले। लेकिन इन्हां नमूने तस्वीरां तुहानूं दिखाउणी पई आं कि इन्हां दो नमूने तुसीं देख सकदे हो जिन्हां ने पिंड दे विच बहुत सारियां वारदातां कीतियां सी। लोग बड़े परेशान सी, दुखी गए सी। लेकिन जदों हुण फिर इन्हां ने एक वारी इह वारदात नूं अंजाम दित्ता तां पिंड वाले पहलां ही सुचेत है गए सी कि उन्होंने जदों इस गल की बारे जानकारी मिली कि पिंड दे विच फिर लुट खो हुई है तो उन्होंने उस वेले मोटरसाइकलों तो पिछा करके इन्हों दोवे चोरों को फड़ के पुलिस के गीता हवाले भजन लगे ने। सारे पिंड साढ़े ने पिछे लग के इन्होंने फड़ के लिया है। वालियां कितने ने? वालियां कोल ने। दिखाओ दिखाओ वालियां ले लिया। वीडियो बना के वालियां लईयां ने जी। इन्हां ਇਹ ਕਿੰਨੇ ਜਣੇ ਸੀਗੇ? ਨਹੀਂ ਨਹੀਂ, ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਦਾ ਨਾਂ ਲੈ ਰਹੇ ਨੇ, ਪਰ ਮੌਕੇ ਤੇ ਸਾਨੂੰ ਦੋ ਪਾਏ ਗਏ। ਤੇ ਇਹ ਅੱਗੇ ਵੀ ਇਹ ਜਿਹਾ ਇਹਨਾਂ ਨੇ ਕਾਰਨਾਮੇ ਪਿੰਡ 'ਚ ਕੀਤੇ ਨੇ? ਦੇਖੋ ਜੀ, ਇਹਨਾਂ ਤੋਂ ਪਤਾ ਲੱਗੇਗਾ ਵੀ ਕੀ ਕਾਰਨਾਮੇ ਨਸ਼ੇ ਦਾ ਨੇ। ਇਹ ਕੰਮ ਇਹਨਾਂ ਦੇ ਹਾਂ ਇਹ ਵਾਪਰੀ ਹੈ ਵੀਰ ਮੇਰੇ। ਪਹਿਲਾਂ ਐਸ ਬੂਹੇ ਆਏ ਨੇ, ਬੜਾ ਬੂਹਾ ਕੁੱਟਿਆ, ਮੈਂ ਬੂਹਾ ਨਹੀਂ ਲਾਇਆ। ਮੁੜ ਕੇ ਐਸ ਬੂਹੇ ਜਾ ਕੇ ਤਾਰੀ ਨੇ ਬੂਹਾ ਉੱਤੇ ਚੜ੍ਹ ਕੇ ਬੁਰਜੀ ਦੇ ਤਾਰੀ ਬੂਹਾ ਲੈ। ਮੈਂ ਇੱਧਰੋਂ ਗਈ, ਮੈਂ ਮੱਝ ਬਾਹਰ ਕੱਢਣ ਗਈ। ਮੱਝ ਜਦੋਂ ਬਾਹਰ ਕੱਢ, ਉਹ ਤਿੰਨ ਵਜੇ ਦੀ ਗੱਲ ਹੈ, ਮੱਝ ਬਾਹਰ ਬੰਨਣ ਨਹੀਂ ਸੀ, ਮੈਂ ਮੱਝ ਬੰਨਣ ਗਈ। ਮੈਂ ਥੋੜ੍ਹੇ ਪੈਰ ਵੇਖੇ ਨੇ, ਇਹਨੇ ਜਾਂਦਿਆਂ ਨੂੰ ਉਹ ਜਿਹੜਾ ਨਾਲ ਖੱਟੀ ਸ਼ੀਰ ਸ਼ਰਟ ਵਾਲਾ, ਉਹ ਕਹਿੰਦਾ ਆਹੋ, ਉਹ ਕਹਿੰਦਾ ਕਿ ਮੈਂ ਪਾਣੀ ਪੀ ਦੂਜਾ ਪਾਣੀ ਪੀਣਾ, ਨਾਲੇ ਮੈਂ ਚਾਚੇ ਦਾ ਮਹਿਸੂਸ ਕਰਨ ਆਇਆ। ਜੇਲ੍ਹ 'ਚ ਅਸੀਂ ਇਕੱਠੇ ਰਹੇ ਹਾਂ। ਅੱਛਾ, ਮਹਿਸੂਸ ਕਰਨ ਆਇਆ, ਮਹਿਸੂਸ ਕਰਨਾ, ਮਗਰ 15 ਮਿੰਟ ਅੱਧਾ ਘੰਟਾ ਘੰਟਾ ਘੰਟੇ ਕੁ ਬਾਅਦ ਮਗਰ ਬੰਦੇ ਲੈ ਕੇ ਆਉਣ ਪਿਆ। ਹੈਂ, ਮੇਰੀਆਂ ਕੰਨ ਦੀਆਂ ਦੋਵੇਂ ਵਾਲੀਆਂ ਵੀ ਖੁੱਸ ਗਈਆਂ ਨੇ, ਮੇਰੇ ਅੰਦਰ ਤਾਰਦਾ ਸੀ, ਅਜੇ ਮੌਕਾ ਵੇਖ ਸਕਦੇ, ਕੁੰਡਾ ਟੁੱਟ ਗਿਆ। ਮੈਂ ਕੱਲੀ ਇਹ ਆਪਣੇ ਰੀਮੇ 'ਚ ਉਤਾੜਦੀ ਹੈ ਜੀ ਘਟਨਾ। ਇੱਥੋਂ ਇਹਨਾਂ ਨੇ ਵਾਲੀਆਂ ਕੋਈਆਂ ਲੇਡੀ ਜੀ ਦੇ ਪਹਿਲਾਂ ਪਾਣੀ ਦੇ ਬਹਾਨੇ ਅੰਦਰ ਆਏ ਆ, ਅਤੇ ਜਦੋਂ ਪਾਣੀ ਇਹਨਾਂ ਨੂੰ ਲਿਆ ਕੇ ਦੇਣ ਲੱਗੇ ਤਾਂ ਇਹਨਾਂ ਵਾਲੀਆਂ ਕੋਲ ਹੀ ਆ ਅਤੇ ਭੱਜਣ ਲੱਗੇ ਆ, ਅਤੇ ਪਿੰਡ ਦੇ ਲੋਕਾਂ ਨੇ ਸਾਥ ਦਿੱਤਾ ਅਤੇ ਇਹਨਾਂ ਨੂੰ ਕਾਬੂ ਕੀਤਾ ਅਤੇ ਵਾਲੀਆਂ ਵੀ ਬਰਾਮਦ ਹੋ ਗਈਆਂ। ਅੱਗੇ ਹੁਣ ਪੁੱਛ ਗਿੱਛ ਕਰਕੇ ਨਾਲ ਕਿੰਨਾ ਗੈਂਗ ਆ, ਫਿਰ ਇਹਨਾਂ ਦੀ ਕਾਰਵਾਈ ਅਮਲੇ 'ਚ ਲਿਆਵਾਂਗੇ, ਜੋ ਵੀ ਆ FIR ਦਰਜ ਕਰ ਦਿਆਂਗੇ।